ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਜਿਹੜੀਆਂ ਦਿਖਾਈ ਦੇ ਰਹੀਆਂ ਨੇ, ਆਏ ਦਿਨ ਜਿਹੜੀ ਆ ਗੁੰਡਾਗਰਦੀ ਹੁੰਦੀ ਦਿਖਾਈ ਦੇ ਰਹੀ ਆ। ਅੱਜ ਇੱਕ ਵਾਰ ਫਿਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਸ਼ਖਸ ਦੀ ਕੁੱਟਮਾਰ ਹੋਈ ਆ, ਉਹਦਾ ਸਿਰਫ ਕਸੂਰ ਇੰਨਾ ਸੀਗਾ ਪਿਛਲੇ ਦਿਨੀ ਇੱਕ ਝਗੜੇ ਦੌਰਾਨ ਉਸ ਸ਼ਖਸ ਨੇ ਜਿਹੜਾ ਰਾਜੀਨਾਮਾ ਹੋ ਰਿਹਾ ਸੀ ਤਾਂ ਉਦੋਂ ਇੱਕ ਵੀਡੀਓ ਬਣਾਈ ਸੀ ਜਿਸ ਨੂੰ ਲੈ ਕੇ ਉਹ ਰੰਜਿਸ਼ਨ ਵੀ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਪੁਰਾਣੀ ਰੰਜਿਸ਼ ਨੂੰ ਲੈ ਕੇ ਵੀ ਇੱਕ ਨੌਜਵਾਨ ਦੀ ਜਿਹੜੀ ਆ ਉਹ ਕੁੱਟਮਾਰ ਕੀਤੀ ਗਈ ਆ। ਤੇਜ਼ ਤਾਰ ਹਥਿਆਰਾਂ ਨਾਲ ਉਹਦੇ 'ਤੇ ਹਮਲਾ ਕੀਤਾ ਗਿਆ ਅਤੇ ਉਹ ਕਾਫ਼ੀ ਗੰਭੀਰ ਰੂਪ ਦੇ ਵਿੱਚ ਸਿਵਲ ਹੋਸਪਿਟਲ ਜਿਹੜਾ ਉਹਦਾ ਇਲਾਜ ਜਿਹੜਾ ਚੱਲਦਾ ਦਿਖਾਈ ਦੇ ਰਿਹਾ ਵੀ, ਜੋ ਦਰਸਾ ਰਿਹਾ ਵੀ ਕਿਸ ਤਰ੍ਹਾਂ ਵੀ ਕਹਿ ਸਕਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਗੁੰਡਾਗਰਦੀਆਂ ਵਾਰਦਾਤਾਂ ਹੋ ਰਹੀਆਂ। ਲੇਕਿਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਕਿ ਸ਼ਖਸਾਂ ਨੇ ਗੁੰਡਾਗਰਦੀ ਕੀਤੀ ਸੀ, ਉਸ ਇੱਕ ਸ਼ਖਸ ਦੇ ਸਦੱਸਿਆ ਦੀ ਜਿਹੜੀ ਆ ਉਹ ਵੀਡੀਓ ਪੁਲਿਸ ਦੀ ਜੀਪ ਦੇ ਵਿੱਚ ਬੈਠੇ ਦਿਖਾਈ ਦੇ ਰਹੀ ਸੀ ਵੀ, ਕਿਉਂਕਿ ਉਹ ਮੁਲਾਜ਼ਮ ਦੇ ਨਾਲ ਮਿਲੀ ਭੁਗਤ ਦੇ ਜਿਹੜੇ ਆ ਉਹ ਗੁੰਡਾਗਰਦੀ ਦੇ ਦੋਸ਼ ਵੀ ਲੱਗੇ ਸੀਗੇ, ਜਿਸ ਨੂੰ ਲੈ ਕੇ ਇਹਨਾਂ ਸ਼ਖਸ ਨੇ ਜਿਹੜੀ ਰੰਜਿਸ਼ ਰੱਖੀ, ਰੰਜਿਸ਼ ਦੇ ਦੌਰਾਨ ਜਿਹੜਾ ਹਮਲਾ ਕੀਤਾ ਅਤੇ ਹਮਲੇ ਤੋਂ ਬਾਅਦ ਜਿਹੜਾ ਗੰਭੀਰ ਰੂਪ ਦੇ ਵਿੱਚ ਜਿਹੜਾ ਸ਼ਖਸ ਹੈ ਉਹ ਜ਼ਖਮੀ ਹੋ ਗਿਆ ਵੀ, ਜਿਸ ਕਰਕੇ ਉਹਦਾ ਇਲਾਜ ਜਿਹੜਾ ਹੋਸਪਿਟਲ ਵਿੱਚ ਚੱਲਦਾ ਜ਼ਰੂਰ ਦਿਖਾਈ ਦੇ ਰਿਹਾ। ਲੇਕਿਨ ਪੁਲਿਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਜ਼ਰੂਰ ਖੜੇ ਹੁੰਦੇ ਦਿਖਾਈ ਦੇ ਰਹੇ ਨੇ, ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਇਹੋ ਜਿਹੀ ਗੁੰਡਾਗਰਦੀਆਂ ਨੂੰ ਰੋਕਣ ਵਾਸਤੇ ਕਿਉਂ ਸਕਸ਼ਮ ਦਿਖਾਈ ਨਹੀਂ ਦੇ ਰਿਹਾ, ਕਿਸ ਕਿਉਂ ਜਿਹੜੀ ਨੌਜਵਾਨਾਂ ਦੀਆਂ ਜਾਨਾਂ ਜਿਹੜੀਆਂ ਜੋਖਮ ਵਿੱਚ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਵੀ, ਸ਼ਰੇਆਮ ਇੰਨੀਆਂ ਗੁੰਡਾਗਰਦੀ ਹੋ ਰਹੀ ਆ। ਜਦੋਂ ਨੌਜਵਾਨ ਨੇ ਆਪਣੇ ਕਾਰੋਬਾਰ ਕਰਕੇ ਜਿੱਥੇ ਜੋਬ ਕਰਦਾ ਸੀ ਉਸ ਤੋਂ ਬਾਅਦ ਆਪਣੇ ਘਰੇ ਜਦੋਂ ਜਾ ਰਿਹਾ ਸੀ ਤੇ ਉਹਦੇ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਪਰ ਪੁਲਿਸ ਪ੍ਰਸ਼ਾਸਨ ਤੋਂ ਪਰਿਵਾਰ ਪੀੜੀ ਜਿਹੜਾ ਹੈਗਾ ਉਹ ਮੰਗਦੀ ਜਿਹੜੀ ਆ ਉਹ ਅਪੀਲ ਕਰਦਾ ਦਿਖਾਈ ਜ਼ਰੂਰ ਦੇ ਰਿਹਾ, ਲੇਕਿਨ ਪੁਲਿਸ ਪ੍ਰਸ਼ਾਸਨ ਦੇ ਅੱਗੋਂ ਕੋਈ ਜਵਾਬ ਨਾ ਆਉਣਾ ਵੀ ਇੱਕ ਕਹਿ ਸਕਦੇ ਹਾਂ ਵੀ ਕਾਫ਼ੀ ਜਿਹੜਾ ਵੀ ਲੋਕਾਂ ਨੂੰ ਮਜਬੂਰ ਕਰ ਰਿਹਾ ਵੀ ਇਸ ਗੱਲ 'ਤੇ ਵੀ ਆਖਿਰ ਪੁਲਿਸ ਕਿਉਂ ਜਿਹੜੀ ਹੈ ਵੀ ਇਹਨਾਂ ਜਿਹੜੇ ਗੁੰਡਾਗਰਦੀ ਕਰਦੇ ਲੋਕ ਹੈ ਇਹਨਾਂ 'ਤੇ ਕਾਰਵਾਈ ਕਰਨ ਵਾਸਤੇ ਸਕਸ਼ਮ ਦਿਖਾਈ ਨਹੀਂ ਦੇ ਰਹੀ। ਦਾਅਵੇ ਬਹੁਤ ਕੀਤੇ ਜਾ ਰਹੇ ਨੇ ਲੇਕਿਨ ਕਾਰਵਾਈਆਂ ਹੁੰਦੀਆਂ ਜ਼ੀਰੋ ਦਿਖਾਈ ਦੇ ਰਹੀਆਂ, ਜਿਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਸਵਾਲ ਜਿਹੜੇ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਆ ਅਤੇ ਲੋਕ ਜਿਹੜੇ ਆ ਪੀੜੀ ਜਿਹੜੇ ਆ ਗੁੰਡਾਗਰਦੀ ਦੇ ਸ਼ਿਕਾਰ ਜਿਹੜੇ ਹੁੰਦੇ ਵੀ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਆ। ਲੇਕਿਨ ਹੁਣ ਜ਼ਰੂਰਤ ਹੈਗੀ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੀ ਆ ਸਤਰਕਤਾ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਵੀ ਕਾਰਵਾਈ ਕਰਨ ਦੀ ਤਾਂ ਜੋ ਜਿਹੜੀ ਪੁਲਿਸ ਪ੍ਰਸ਼ਾਸਨ ਇਹਨਾਂ ਗੁੰਡਿਆਂ 'ਤੇ ਕਾਰਵਾਈ ਕਰੇ ਅਤੇ ਪੀੜਤਾਂ ਨੂੰ ਇਨਸਾਫ਼ ਮਿਲੇ। ਇਹ ਜੀ ਮੇਰਾ ਭਤੀਜਾ ਹੈ ਗੁਰਮੀਤ ਸਿੰਘ ਅਤੇ ਆ ਸਕੂਟਰੀਆਂ ਕਿਹੜੀ ਹੈਗੀਆਂ ਨੇ ਬੈਂਟਰੀ ਵਾਲੀਆਂ, ਉਹ ਪੈਟਰੋਲ ਪੰਪ ਦੇ ਨਾਲ ਕਿਹੜਾ ਨਾ ਵੀ ਉੱਥੇ ਕੰਮ ਕਰਦਾ ਅਤੇ ਉਹ ਚੱਲਿਆ ਸੀ ਵਾਪਸ ਭੱਟੀਆਂ ਦੇ ਕੋਲ ਅਗਲੇ ਪਾਸੇ ਪੱਠੇ ਦੇ ਕੋਲ, ਉੱਥੇ ਉਹਨਾਂ ਨੇ ਫੇਟ ਮਾਰੀ ਗੱਡੀ ਦੀ ਅਤੇ ਉੱਥੇ ਤੱਕ ਜਦੋਂ ਡਿੱਗ ਪਿਆ ਅਤੇ ਉੱਥੋਂ ਡਾਂਗ ਨਾਲ ਕੁੱਟਣ ਲੱਗੇ ਉਹਨਾਂ ਕਾਪੇ ਉਹਨਾਂ ਕੋਲ ਸੀ ਅਤੇ ਬੰਦੇ ਕੁਛ ਤਾਂ ਪਛਾਣ ਲੈ ਨੇ ਕੋਈ ਨਹੀਂ ਪਛਾਣਿਆ ਗਿਆ। ਸੱਟਾਂ ਕਿੱਥੇ ਕਿੱਥੇ ਮਾਰੀਆਂ ਨੇ, ਕਾਹਦੇ ਨਾਲ ਮਾਰੀਆਂ? ਸਿਰ 'ਤੇ ਹੈਗਾ, ਲੱਤਾਂ 'ਤੇ ਬੜੀਆਂ ਸੱਟਾਂ, ਸਾਰੇ ਪਿੰਡੇ ਦੇ ਚਪੇੜਾਂ ਬੜੀਆਂ ਮਾਰੀਆਂ ਨੇ। ਸੱਟਾਂ ਕਾਹਦੇ ਨਾਲ ਮਾਰੀਆਂ ਨੇ? ਸੱਟਾਂ ਕੋਈ ਤਾਂ ਹੈਗੇ ਨੇ ਉਹਨਾਂ ਕੋਲ, ਛੋਟੇ ਨੇ ਕਿਰਪਾਨਾ ਕਾਪੇ। ਕਾਰਨ ਕੀ ਹੈ ਤਾਂ ਕੋਈ ਪਤਾ ਹੈ? ਕਾਰਨ ਤਾਂ ਇਸ ਤਰ੍ਹਾਂ ਅੱਗੇ ਪਿੰਡ 'ਚ ਇੱਕ ਨਹੀਂ ਪਏ ਨੇ ਅਤੇ ਬੰਦਿਆਂ ਨੇ ਬਹੁਤ ਵਾਰਾਂ ਨੇ ਰਾਜੀਨਾਮਾ ਕਰਾ ਦਿੱਤਾ ਵੀ ਚੱਲ ਨਹੀਂ ਕਰਦਾ ਕੋਈ ਹਰਕਤ, ਉਹੋ ਹੀ ਬੰਦਾ ਫਿਰ ਕਿਹੜਾ ਨਾ ਵੀ ਇਹ ਕੰਮ ਹੁੰਦਾ ਰੋਜ਼ ਦਾ, ਉਹਨੇ 5-6 ਵਾਰੀ ਉਹਨਾਂ ਦੀ ਹਰਕਤ ਹੋ ਗਈ। ਅਤੇ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ? ਪੁਲਿਸ ਨੂੰ ਹੁਣ ਸੂਚਨਾ ਦਿੱਤੀ, ਅੱਗੇ ਵੀ ਬੜਿਆ ਵਾਰੀ ਸੂਚਨਾ ਦਿੱਤੀ ਹੈ, ਉਹਨਾਂ ਕੋਈ ਗੱਲ ਨਹੀਂ ਬਣੀ। ਕੈਮਰਾਮੈਨ ਜਨਾਬ ਸਰਬਜੀਤ ਸਿੰਘ, ਦੈਨਿਕ ਸਵੇਰਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।